ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੈ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕਉ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੁਗੋ ਜੁਗਾ ਟਲ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਖਾਲਸਾ ਪੰਥ ਦੇ ਮਹਾਨ ਲਾਸਾਨੀ ਸ਼ਹੀਦ ਅਮਰ ਸ਼ਹੀਦ ਧੰਨ ਧੰਨ ਬਾਬਾ ਬਘੇਲ ਸਿੰਘ ਜੀ ਧੰਨ ਧੰਨ ਬਾਬਾ ਅਮਰ ਸਿੰਘ ਜੀ ਦੇ ਪਾਵਨ ਜਨਮ ਅਸਥਾਨ ਉੱਤੇ ਉਹਨਾਂ ਦੇ ਸਾਲਾਨਾ ਸ਼ਹੀਦੀ ਜੋੜ ਮੇਲਿਆਂ 'ਤੇ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਬਹੁਤ ਹੀ ਸੁੰਦਰ ਗੁਰਮਤਿ ਦੀਆਂ ਵਿਚਾਰਾਂ ਵਿਦਵਤਾ ਭਰਪੂਰ ਵਿਚਾਰਾਂ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ, ਖੱਤਰੀ ਸੋ ਜੋ ਕਰਮਾਂ ਕਾ ਸੋਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗੈ ਪ੍ਰਵਾਨ। ਦਸਮ ਪਿਤਾ ਜੀ ਦੇ ਵੀ ਬਚਨ ਹਨ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁੱਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ। ਪਰ ਉਪਕਾਰ ਦਾ ਅਰਥ ਹੁੰਦਾ ਭਲਾ ਕਰਨਾ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਚਾਰ ਵਰਣ ਜਿਨ੍ਹਾਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਦੇ ਅੰਦਰ ਮਿਲਦਾ ਹੈ, ਖੱਤਰੀ ਬ੍ਰਾਹਮਣ ਸੂਦ ਔਰ ਵੈਸ। ਬ੍ਰਾਹਮਣ ਦਾ ਕਰਤੱਬ ਕੀ ਹੈ, ਛੱਤਰੀ ਦਾ ਕਰਤੱਬ ਕੀ ਹੈ, ਸੂਦਰ ਦਾ ਕਰਤੱਬ ਕੀ ਹੈ, ਵੈਸ ਦਾ ਕਰਤੱਬ ਕੀ ਹੈ। ਵੈਸੇ ਤਾਂ ਜਦੋਂ ਧਾਰਮਿਕ ਗ੍ਰੰਥਾਂ ਦਾ ਆਪਾਂ ਬੜੀ ਡੂੰਘਿਆਈ ਦੇ ਨਾਲ ਅਧਿਐਨ ਪੁਰਾਤਨ ਸਮਿਆਂ ਵਿੱਚ ਕੀਤਾ ਜਾਂਦਾ ਸੀ, ਇੱਕੋ ਮਨੁੱਖ ਚਾਰੇ ਗੁਣਾਂ ਦਾ ਧਾਰਨੀ ਹੋਇਆ ਕਰਦਾ ਸੀ।
ਪ੍ਰਾਚੀਨ ਸਮਿਆਂ ਵਿੱਚ ਇੱਕ ਮਨੁੱਖ ਵਿੱਚ ਹੀ ਚਾਰੇ ਗੁਣ ਹੋਇਆ ਕਰਦੇ ਸਨ। ਇੱਕੋ ਮਨੁੱਖ ਵਿਦਵਾਨ ਹੋਣ ਕਰਕੇ ਉਸ ਨੂੰ ਬ੍ਰਾਹਮਣ ਦਾ ਦਰਜਾ ਹਾਸਲ ਸੀ ਔਰ ਰਾਜ ਨੂੰ ਚਲਾਉਣ ਕਰਕੇ, ਜੰਗਾਂ ਯੁੱਧਾਂ ਵਿੱਚ ਜੰਗ ਲੜਨ ਕਰਕੇ, ਸੂਰਮਿਆਂ ਦੇ ਕਰਤੱਬ ਦਿਖਾਉਣ ਕਰਕੇ ਉਸ ਨੂੰ ਛੱਤਰੀ ਕਿਹਾ ਜਾਂਦਾ ਸੀ। ਵਪਾਰ ਖੇਤੀ ਵਣਜ ਕਰਨ ਵਾਲੇ ਨੂੰ ਵੈਸ ਕਿਹਾ ਜਾਂਦਾ ਸੀ ਔਰ ਸੇਵਾ ਕਰਨ ਵਾਲੇ ਨੂੰ ਸ਼ੂਦਰ ਕਿਹਾ ਜਾਂਦਾ ਸੀ। ਔਰ ਹਰ ਮਨੁੱਖ ਪ੍ਰਾਚੀਨ ਸਮਿਆਂ ਵਿੱਚ ਇਹਨਾਂ ਚਾਰਾਂ ਗੁਣਾਂ ਦਾ ਧਾਰਨੀ ਹੋਇਆ ਕਰਦਾ ਸੀ। ਸਮਾਂ ਆ ਗਿਆ, ਲੋਕਾਂ ਦੇ ਵਿੱਚ ਹੌਲੀ ਹੌਲੀ ਤਬਦੀਲੀ ਆਈ, ਲੋਕਾਂ ਨੇ ਵਿੱਦਿਆ ਪੜ੍ਹਨੀ ਛੱਡ ਦਿੱਤੀ, ਸ਼ਸਤਰ ਰੱਖਣੇ ਤਿਆਗ ਦਿੱਤੇ, ਸੇਵਾ ਦਾ ਭਾਵ ਛੱਡ ਦਿੱਤਾ, ਧਰਮ ਦੀ ਕਿਰਤ ਕਰਨੀ ਛੱਡ ਦਿੱਤੀ, ਤਾਂ ਇਹ ਵਰਣ ਵੰਡ ਬਣ ਗਈ। ਵਰਣ ਵੰਡ ਵਿੱਚੋਂ ਫਿਰ ਬ੍ਰਾਹਮਣਾਂ ਦਾ ਜਨਮ ਹੋਇਆ, ਛਤਰੀਆਂ ਦਾ ਜਨਮ ਹੋਇਆ, ਵੈਸਾਂ ਦਾ ਔਰ ਸ਼ੂਦਰਾਂ ਦਾ ਜਨਮ। ਪਰ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਸਤਿਗੁਰੂ ਮਹਾਰਾਜ ਜੀ ਨੇ ਇੱਕ ਐਸੀ ਨਿਰਾਲੀ ਕਿਰਪਾ ਕੀਤੀ, ਸੰਗਤ ਜੀ ਬਖਸ਼ਿਸ਼ ਕੀਤੀ, ਸਿੱਖ ਵਿੱਚ ਚਾਰ ਗੁਣ ਹੀ ਮੇਰੇ ਸਤਿਗੁਰੂ ਨੇ ਭਰੇ ਹੈ। ਸਿੱਖ ਨੂੰ ਇਸ ਧਰਤੀ ਦਾ ਸੰਪੂਰਨ ਮਨੁੱਖ ਬਣਾਇਆ ਸੱਚੇ ਪਾਤਸ਼ਾਹ ਨੇ। ਸਿੱਖ ਪੰਥ ਅੰਦਰ ਜਿਹੜਾ ਗੁਰੂ ਕਾ ਸਿੱਖ ਹੈ, ਜਦੋਂ ਉਹ ਵਿੱਦਿਆ ਪੜ੍ਹਦਾ ਔਰ ਪੜ੍ਹਾਉਂਦਾ ਹੈ, ਮੈਂ ਜ਼ਿਕਰ ਕਰਦੇ ਹਾਂ ਜਿਨ੍ਹਾਂ ਸ਼ਹੀਦਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ ਨਾ, ਇਹਨਾਂ ਸ਼ਹੀਦਾਂ ਨੇ ਗੁਰੂ ਘਰ ਦੀ ਵਿੱਦਿਆ, ਜਿਸ ਨੂੰ ਬ੍ਰਹਮ ਵਿੱਦਿਆ ਕਿਹਾ ਜਾਂਦਾ, ਉਹਨਾਂ ਕਿਹਨਾਂ ਮਹਾਂਪੁਰਖਾਂ ਤੋਂ ਪ੍ਰਾਪਤ ਕੀਤੀ। ਜਿਸ ਸਮੇਂ 1705 ਤੋਂ ਲੈ ਕੇ 1706 ਈਸਵੀ ਤੱਕ ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘਾਂ ਨੂੰ, 48 ਸਿੰਘਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਦੀ ਸੰਤਿਆ ਅਤੇ ਅਰਥਾਂ ਦਾ ਦਾਨ ਬਖਸ਼ਿਸ਼ ਕੀਤਾ, ਇਹ ਵਿੱਦਿਆ ਦੀਆਂ ਦਾਤਾਂ ਬਖਸ਼ੀਆਂ। ਉਹਨਾਂ ਦੋ ਮਹਾਨ ਮਹਾਂਪੁਰਖਾਂ ਨੂੰ, ਜਿਨ੍ਹਾਂ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਿੰਮੇ ਇਹ ਸੇਵਾ ਲਾਈ ਔਰ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਕਿ ਤੁਸੀਂ ਜੋ ਗੁਰਬਾਣੀ ਦੀ ਵਿੱਦਿਆ ਸਾਡੇ ਕੋਲੋਂ ਪ੍ਰਾਪਤ ਕੀਤੀ ਹੈ, ਇਸ ਨੂੰ ਅੱਗੇ ਨਿਰੰਤਰ ਜਾਰੀ ਰੱਖਣਾ, ਖਾਲਸੇ ਨੂੰ ਇਹ ਬ੍ਰਹਮ ਵਿੱਦਿਆ ਦਾ ਖਜ਼ਾਨਾ ਬਖਸ਼ਿਸ਼ ਕਰਨਾ। ਔਰ ਭਾਈ ਮਨੀ ਸਿੰਘ ਜੀ ਨੂੰ ਇਹ ਆਗਿਆ ਕੀਤੀ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਦੇ ਤੌਰ 'ਤੇ ਸੇਵਾਵਾਂ ਨਿਭਾਉਣੀਆਂ ਔਰ ਅੰਮ੍ਰਿਤਸਰ ਸਾਹਿਬ ਵਿਖੇ ਗਿਆਨੀਆਂ ਦੀ ਸੰਪਰਦਾਇ, ਜਿਸ ਨੂੰ ਕਿਹਾ ਜਾਂਦਾ ਹੈ ਬ੍ਰਹਮ ਵਿੱਦਿਆ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਕੇ ਟਕਸਾਲ ਚਲਾਉਣੀ। ਸਤਿ ਸੰਗਤ ਜੀ, ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਦਮਦਮੀ ਟਕਸਾਲ ਦੇ ਦੂਸਰੇ ਮੁਖੀ
ਧੰਨ ਬਾਬਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰ ਹੈ। ਉਹਨਾਂ ਨੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਬ੍ਰਹਮ ਵਿੱਦਿਆ ਉਹਨਾਂ ਨੇ ਧੰਨ ਬਾਬਾ ਦੀਪ ਸਿੰਘ ਜੀ ਔਰ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਪ੍ਰਾਪਤ ਕੀਤੀ ਔਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤੋਂ ਅੱਗੋਂ ਫਿਰ ਸ਼ਹੀਦ ਭਾਈ ਤਾਰਾ ਸਿੰਘ ਦੀਵਾਨ ਨੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ। ਗੁਰਬਾਣੀ ਦਾ ਬੋਧ ਔਰ ਗੁਰਬਾਣੀ ਦੀ ਵਿੱਦਿਆ ਦਾ ਖਜ਼ਾਨਾ ਸ਼ਹੀਦ ਭਾਈ ਤਾਰਾ ਸਿੰਘ ਦੀਵਾਨ ਨੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤੋਂ ਬ੍ਰਹਮ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ ਔਰ ਬਾਬਾ ਤਾਰਾ ਸਿੰਘ ਦੀਵਾਨ ਦੇ ਜੱਥੇ ਵਿੱਚੋਂ ਇਹ ਦੋ ਮਹਾਂਪੁਰਖ ਧੰਨ ਬਾਬਾ ਬਘੇਲ ਸਿੰਘ ਜੀ ਔਰ ਧੰਨ ਬਾਬਾ ਅਮਰ ਸਿੰਘ ਸਾਹਿਬ ਜੀ ਨੇ ਗੁਰਮਤਿ ਔਰ ਗੁਰਸਿੱਖੀ ਦੀ ਦਾਤ ਔਰ ਗੁਰਬਾਣੀ ਦੀ ਅਤੇ ਗੁਰਬਾਣੀ ਦੇ ਅਰਥਾਂ ਦਾ ਗਿਆਨ ਇਹਨਾਂ ਦੋ ਮਹਾਨ ਮਹਾਂਪੁਰਖਾਂ ਨੇ ਮਹਾਨ ਸ਼ਹੀਦਾਂ ਨੇ ਉਹਨਾਂ ਕੋਲੋਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਇਸ ਕਰਕੇ ਜਦੋਂ ਖਾਲਸਾ ਵਿੱਦਿਆ ਪੜ੍ਹਦਾ ਔਰ ਪੜ੍ਹਾਉਂਦਾ ਹੈ ਨਾ, ਵੈਸੇ ਬ੍ਰਾਹਮਣ ਦੇ ਛੇ ਕਰਤੱਵ ਮੰਨੇ ਜਾਂਦੇ ਹੈ, ਵਿੱਦਿਆ ਪੜ੍ਹਨੀ ਔਰ ਪੜ੍ਹਾਉਣੀ, ਦਾਨ ਕਰਨਾ ਔਰ ਦਾਨ ਕਰਾਉਣਾ, ਪੂਜਾ ਕਰਨੀ ਔਰ ਪੂਜਾ ਕਰਾਉਣੀ, ਇਹ ਛੇ ਬ੍ਰਾਹਮਣ ਦੇ ਕਰਤੱਵ ਹਨ। ਜਦੋਂ ਸਿੱਖ ਵਿੱਦਿਆ ਪੜ੍ਹਦਾ ਔਰ ਪੜ੍ਹਾਉਂਦਾ ਹੈ, ਦਸਾਂ ਨਹੁੰ ਦੀ ਕਿਰਤ ਵਿੱਚੋਂ ਦਾਨ ਕਰਦਾ ਅਤੇ ਕਰਾਉਂਦਾ ਹੈ, ਸਤਿਗੁਰੂ ਦੀ ਸੇਵਾ ਆਪ ਕਰਦਾ ਅਤੇ ਦੂਸਰਿਆਂ ਨੂੰ ਕਰਨ ਦੀ ਜਾਚ ਸਿਖਾਉਂਦਾ ਹੈ, ਉਦੋਂ ਸਿੱਖ ਸਭ ਤੋਂ ਸ਼੍ਰੋਮਣੀ ਇਸ ਪਦਵੀ ਨੂੰ ਪ੍ਰਾਪਤ ਕਰਦਾ ਹੈ ਕਿ ਉਹ ਬ੍ਰਾਹਮਣ ਦਾ ਦਰਜਾ ਰੱਖਦਾ ਹੈ। ਜਦੋਂ ਸਿੱਖ ਧਰਮ ਦੀ ਖਾਤਰ ਮੈਦਾਨੇ ਜੰਗ ਵਿੱਚ ਉਹੀ ਸਿੱਖ ਸ਼ਸਤਰ ਚੁੱਕ ਕੇ ਜ਼ਾਲਮ ਨਾਲ ਲੜਦਾ ਹੈ, ਜ਼ਾਲਮ ਦਾ ਅਤੇ ਜ਼ੁਲਮ ਦਾ ਮੁਕਾਬਲਾ ਕਰਦਾ ਹੈ, ਫਿਰ ਉਹ ਛੱਤਰੀ ਹੈ, ਉਹ ਸੂਰਮਾ ਹੈ, ਉਹ ਬਹਾਦਰ ਹੈ, ਜਿਸ ਨੂੰ ਸ਼ੂਰ ਵੀਰ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਦਾ ਜ਼ਿਕਰ ਹੈ, ਖੱਤਰੀ ਸੋ ਜੋ ਕਰਮਾਂ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਹਿ ਪ੍ਰਵਾਨ। ਛੱਤਰੀ ਜਾਂ ਖੱਤਰੀ, ਛੱਤਰੀ ਵੀ ਕਿਹਾ ਜਾਂਦਾ, ਖੱਤਰੀ ਵੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਅਸਲ ਸੂਰਮਾ, ਅਸਲ ਯੋਧਾ, ਅਸਲ ਬਹਾਦਰ ਉਹ ਹੈ ਜਿਹੜਾ ਆਪਣੇ ਕਰਮਾਂ ਦਾ ਬਲੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਫਲਾਨਾ ਬੰਦਾ ਆਪਣੇ ਕਰਮਾਂ ਦਾ, ਆਪਣੇ ਭਾਗਾਂ ਦਾ ਬਲੀ ਹੈ, ਭਾਗਸ਼ਾਲੀ ਹੈ, ਇਵੇਂ ਕਰਮ ਦਾ ਅਰਥ ਹੁੰਦਾ ਕਰਤੱਵ। ਧਰਮ ਦੇ ਯੁੱਧ ਵਿੱਚ ਲੜਨ ਦਾ ਕਰਤੱਵ ਜਿਸ ਨੂੰ ਆਉਂਦਾ ਹੈ, ਜਿਹੜਾ ਧਰਮ ਦੇ ਕਰਮ ਜੀਵਨ ਵਿੱਚ ਕਰਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੰਦਾ, ਪ੍ਰਾਣਾਂ ਨੂੰ ਨਿਸ਼ਾਵਰ ਕਰ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਸਾਡੇ ਲਈ ਇਹ ਵਰਦਾਨ ਮੰਗੇ ਸਨ, ਦੇਹ ਸ਼ਿਵਾ ਬਰ ਮੋਹੇ ਹੈ ਸੁਭ ਕਰਮਨ ਤੇ ਕਬਹੂੰ ਨਾ ਟਰੋ। ਇਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਤੂੰ ਸਾਰੇ ਜੀਵਾਂ ਦੀ ਸ਼ਿਵ ਦਾ ਅਰਥ ਹੁੰਦਾ ਕਲਿਆਣ ਕਰਨ ਵਾਲਾ ਹੈ। ਕਲਿਆਣ ਦੇ ਦੋ ਅਰਥ ਮੁੱਖ ਰੂਪ ਵਿੱਚ ਹਨ, ਹੋਰ ਵੀ ਬਹੁਤ ਅਰਥ ਹਨ। ਇੱਕ ਦਾ ਕਲਿਆਣ ਅਰਥ, ਇੱਕ ਤਾਂ ਕਲਿਆਣ ਦਾ ਅਰਥ ਹੈ ਸਾਧ ਸੰਗਤ ਜੀ ਸੁੱਖ ਦੇਣਾ,
ਆਨੰਦ ਬਖਸ਼ਣਾ, ਸਾਰੇ ਸੁੱਖ ਪ੍ਰਾਪਤ ਹੋਣੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਫਲਾਣੇ ਬੰਦੇ ਦੀ ਦੁੱਖਾਂ ਤੋਂ ਕਲਿਆਣ ਹੋ ਗਈ, ਭਾਵ ਦੁੱਖਾਂ ਤੋਂ ਨਿਰੋਗ ਹੋ ਗਿਆ, ਸੁਖੀ ਹੋ ਗਿਆ, ਆਨੰਦਿਤ ਹੋ ਗਿਆ। ਦੂਸਰਾ ਕਲਿਆਣ ਦਾ ਅਰਥ ਹੁੰਦਾ ਮੁਕਤੀ ਨੂੰ ਪ੍ਰਾਪਤ ਕਰਨਾ, ਮੁਕਤੀ ਨੂੰ ਹਾਸਲ ਕਰ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ ਹੈ ਹੇ ਸਾਰੇ ਸੁੱਖਾਂ ਨੂੰ ਪ੍ਰਦਾਨ ਕਰਨ ਵਾਲੇ ਸ਼ਿਵ ਕਲਿਆਣ ਸਰੂਪ ਵਾਹਿਗੁਰੂ, ਸੁੱਖ ਵੀ ਅਤੇ ਮੁਕਤੀ ਦੇ ਦਾਨ ਦੇਣ ਵਾਲੇ ਪਰਮਾਤਮਾ ਸੱਚੇ ਪਾਤਸ਼ਾਹ, ਮੇਰੇ ਸਿੱਖ ਪੰਥ ਨੂੰ ਇਹ ਵਰਦਾਨ ਬਖਸ਼ੋ, ਇਹ ਅਸੀਸ ਬਖਸ਼ੋ। ਜਿਵੇਂ ਮਾਂ ਬਾਪ ਆਪਣੇ ਬੱਚੇ ਲਈ ਅਸੀਸ ਦਿੰਦੇ ਹੈ, ਆਪਣੀ ਸੰਤਾਨ ਲਈ ਅਰਦਾਸ ਕਰਦੇ ਹੈ, ਗੁਰੂ ਦੇ ਚਰਨਾਂ 'ਚੋਂ ਸੁੱਖ ਮੰਗਦੇ ਆ ਕਿ ਸੱਚੇ ਪਾਤਸ਼ਾਹ ਮੇਰੇ ਬੱਚੇ ਬੱਚੀਆਂ ਸੁਖੀ ਰਹਿਣ, ਉਹਨਾਂ ਨੂੰ ਕਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਸਾਡੇ ਲਈ ਇਹ ਸੁੱਖ ਮੰਗੀ ਹੈ, ਇਹ ਦਾਤ ਮੰਗੀ ਹੈ, ਇਹ ਆਸ਼ੀਰਵਾਦ ਮੰਗਿਆ ਵਾਹਿਗੁਰੂ ਕੋਲੋਂ ਕਿ ਸੱਚੇ ਪਾਤਸ਼ਾਹ ਮੇਰਾ ਸਿੱਖ ਸ਼ੁਭ ਕਰਮ ਹਮੇਸ਼ਾ ਵਾਸਤੇ ਕਰਦਾ ਰਹੇ, ਪਵਿੱਤਰ ਕਰਮਾਂ ਤੋਂ ਕਦੇ ਪਿੱਛੇ ਨਾ ਹਟੇ, ਨੇਕ ਕਰਮ ਕਰਨ ਤੋਂ, ਨੇਕੀ ਕਰਨ ਤੋਂ ਕਦੇ ਮੇਰਾ ਸਿੱਖ ਪਿੱਛੇ ਨਾ ਹਟੇ, ਇਹ ਵਰਦਾਨ ਬਖਸ਼ਿਸ਼ ਕਰੋ। ਇਹਨਾਂ ਸ਼ਹੀਦਾਂ ਦਾ ਕੈਸਾ ਨੇਕੀ ਦਾ ਕਰਮ ਹੈ, ਅੰਮ੍ਰਿਤ ਵੇਲੇ ਉੱਠ ਕੇ ਬਾਬਾ ਬਘੇਲ ਸਿੰਘ ਜੀ, ਬਾਬਾ ਅਮਰ ਸਿੰਘ ਜੀ ਨੇ ਇਸ਼ਨਾਨ ਕਰਨਾ, ਫਿਰ ਪੰਜ ਬਾਣੀਆਂ, ਪੰਜ ਗ੍ਰੰਥੀ, 10 ਗ੍ਰੰਥੀ ਬਾਣੀ ਦਾ ਨਿਤਨੇਮ ਕਰਨਾ, ਔਰ ਬਾਬਾ ਜੀ ਦਾ ਬਾਹਰ ਤਪ ਅਸਥਾਨ ਵੀ ਹੈ। ਐਵੇਂ ਨਹੀਂ ਇਹ ਤਪ ਅਸਥਾਨ ਬਣੇ ਹੁੰਦੇ ਜਾਂ ਐਵੇਂ ਲੋਕ ਚੁੱਕ ਕੇ ਬਣਾ ਨਹੀਂ ਲੈਂਦੇ, ਜਿੱਥੇ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਆ, ਬੰਦਗੀ ਕਰਦੇ ਆ, ਭਗਤੀ ਕਰਦੇ ਆ, ਸਿਮਰਨ ਕਰਦੇ ਆ, ਉੱਥੇ ਹੀ ਤਪ ਅਸਥਾਨ ਬਣਦੇ ਹਨ, ਜਿੱਥੇ ਤਪੱਸਿਆ ਕੀਤੀ ਜਾਂਦੀ ਹੈ, ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਏਮਨਾਬਾਦ ਦੀ ਧਰਤੀ 'ਤੇ ਰੋੜਾਂ ਦੀ ਸੇਜ ਵਿਛਾ ਕੇ ਤਪ ਕੀਤਾ, ਅੱਜ ਵੀ ਉਸ ਅਸਥਾਨ ਦਾ ਨਾਮ ਰੋੜੀ ਸਾਹਿਬ ਹੈ, ਕਿਉਂਕਿ ਹਜ਼ੂਰ ਨੇ ਰੋੜਾਂ ਦੀ ਵਿਛਾਈ ਕੀਤੀ, ਉਸ ਉੱਤੇ ਚੌਂਕੜਾ ਮਾਰ ਕੇ ਤਪ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਰੇਤ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਨੌਵੇਂ ਗੁਰਦੇਵ ਜੀ ਨੇ ਬਾਬਾ ਬਕਾਲਾ ਸਾਹਿਬ 26 ਸਾਲ 9 ਮਹੀਨੇ 13 ਦਿਨ ਤਪ ਕੀਤਾ, ਤਾਂ ਉੱਥੇ ਸਤਿਗੁਰਾਂ ਦਾ ਤਪ ਅਸਥਾਨ ਭੋਰਾ ਸਾਹਿਬ ਅੱਜ ਵੀ ਸੁਭਾਇਮਾਨ ਹੈ। ਇਹ ਮਹਾਂਪੁਰਖ ਨਗਰ ਤੋਂ ਬਾਹਰ ਇਕਾਂਤ ਵਿੱਚ ਬੈਠ ਕੇ ਤਪ ਕਰਦੇ ਸਨ, ਨਾਮ ਜਪਦੇ ਸਨ, ਬਾਣੀ ਪੜ੍ਹਦੇ ਸਨ, ਸਿਮਰਨ ਕਰਦੇ ਸਨ। ਸਾਧ ਸੰਗਤ ਜੀ, ਜੇ ਬੰਦਾ ਤਨ ਦੀ ਸਾਧਨਾ ਕਰਦਾ ਨਾ ਜੀਵਨ ਵਿੱਚ, ਭਾਵ ਸਰੀਰ ਨੂੰ ਆਲਸੀ ਨਹੀਂ ਬਣਨ ਦਿੰਦਾ, ਸਰੀਰ ਦੀ ਹਿਫਾਜ਼ਤ ਲਈ ਕਿਰਤ ਵਿਰਤ ਕਰਦਾ ਔਰ ਕਸਰਤ ਕਰਦਾ, ਸਰੀਰ ਨੂੰ ਨਿਰੋਗ ਰੱਖਦਾ, ਤਾਂ ਮਨੁੱਖ ਦਾ ਸਰੀਰ ਨਿਰੋਗ ਰਹਿ ਕੇ ਉਹਦਾ ਜੀਵਨ ਵਿੱਚ ਰੋਗਾਂ ਤੋਂ ਰਹਿਤ ਹੋ ਕੇ ਸਾਥ ਦਿੰਦਾ, ਇਹੀ ਸਰੀਰ ਉਸ ਨੂੰ ਨਿਰੋਗਤਾ ਪ੍ਰਦਾਨ ਕਰਦਾ। ਔਰ ਜਿਹੜਾ ਮਨੁੱਖ ਆਪਣੇ ਤਨ ਨੂੰ ਨਿਰੋਗ ਰੱਖਣ ਲਈ ਮਿਹਨਤ ਮਸ਼ੱਕਤ ਕਰਦਾ ਉਹ ਸਦਾ ਸੁਖੀ ਰਹਿੰਦਾ, ਅਖੀਰਲੇ ਸਵਾਸ ਤੱਕ ਉਹ ਸੁਖੀ ਰਹਿੰਦਾ। ਕਈ ਵਾਰੀ 100-100 ਸਾਲ ਦੇ ਬਜ਼ੁਰਗ ਬੜੀ ਸੁੰਦਰ ਸਰੀਰ ਦੀ ਕਿਰਿਆ ਕਰਦੇ,
ਔਰ ਹੱਸਦੇ ਖੇਡਦੇ ਪ੍ਰਸੰਨਤਾ ਦੇ ਸਹਿਤ ਨਜ਼ਰ ਆਉਂਦੇ ਹੈ। ਜਦੋਂ ਉਹਨਾਂ ਨੂੰ ਇਸ ਤੰਦਰੁਸਤੀ ਦਾ ਰਾਜ ਪੁੱਛਿਆ ਜਾਂਦਾ ਉਹ ਕਹਿੰਦੇ ਹੈ, ਇੱਕ ਤਾਂ ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ, ਦੂਸਰਾ ਉਹ ਕਹਿੰਦੇ ਅਸੀਂ ਕਦੇ ਵਿਹਲੇ ਨਹੀਂ ਬੈਠੇ, ਹੱਥੀ ਕਿਰਤ ਵਿਰਤ ਕਰਦੇ ਹਾਂ ਔਰ ਮਸ਼ਕਤ ਕਰਦੇ ਹਾਂ, ਤਾਂ ਹੀ ਲੰਮੀ ਉਮਰ ਅਤੇ ਨਿਰੋਗ ਜੀਵਨ ਸਾਨੂੰ ਮਿਲਿਆ, ਨਿਰੋਗ ਜੀਵਨ ਸੁਖੀ ਹੈ। ਇਸੇ ਤਰ੍ਹਾਂ ਦੂਸਰੇ ਪਾਸੇ ਮਨ, ਜੇ ਮਨ ਆਲਸੀ ਹੋ ਜਾਏ, ਮਨ ਵਿੱਚ ਸਾਧ ਸੰਗਤ ਦੀ ਕਮਜ਼ੋਰੀਆਂ ਪੈਦਾ ਹੋ ਜਾਣ, ਤਾਂ ਉਹ ਮਨ ਮਜ਼ਬੂਤ ਨਹੀਂ ਕਦੇ ਹੋ ਸਕਦਾ। ਮਨ ਕਦੇ ਦੁੱਖਾਂ ਮੁਸੀਬਤਾਂ ਅਤੇ ਸੰਕਟਾਂ ਦੇ ਨਾਲ ਕਦੇ ਮਨ ਲੜ ਨਹੀਂ ਸਕਦਾ, ਕਦੇ ਵਾਸਤੇ ਵੀ। ਸਿੰਘ ਸਾਹਿਬ ਵੀ ਇਹ ਸਵਈਆ ਪੜ੍ਹ ਕੇ ਗਏ ਹੈ, ਧੰਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਗਤ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ ਜਸਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਧਨ ਬੁੱਧ ਸੋ ਦੀਪਕ ਜਿਉਂ ਜਿਆਰੈ, ਗਿਆਨੈ ਕੀ ਵਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਮਨ ਨਿਰੋਗ ਗੱਲਾਂ ਨਾਲ ਨਹੀਂ ਹੋਣਾ, ਮਨ ਦੀ ਨਿਰੋਗਤਾ ਦਾ ਇੱਕੋ ਹੀ ਸਾਧਨ ਹੈ ਸੰਗਤ ਦੀ, ਜਾਂ ਤਾਂ ਬੰਦਾ ਸੇਵਾ ਕਰੇ ਜਾਂ ਸਿਮਰਨ ਕਰੇ। ਮਨ ਦੀਆਂ ਕਮਜ਼ੋਰੀਆਂ, ਮਨ ਦੇ ਰੋਗ ਕਦੋਂ ਦੂਰ ਹੁੰਦੇ ਹੈ? ਜਦੋਂ ਮਨੁੱਖ ਸਤਿਗੁਰਾਂ ਦੀ ਬਾਣੀ ਦਾ ਅਭਿਆਸ ਕਰਦਾ। ਭਗਤ ਕਬੀਰ ਜੀ ਨੂੰ ਵੀ ਸਮੇਂ ਦੇ ਹਾਕਮਾਂ ਨੇ ਬੜੇ ਤਸੀਹੇ ਦਿੱਤੇ ਸਨ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਰਾਮ ਨਾਮ ਚਿਤ ਰਹਿਓ ਸਮਾਏ। ਕਹਿੰਦੇ ਮੇਰਾ ਮਨ ਹੁਣ ਡੋਲਦਾ ਨਹੀਂ, ਡਿੱਗਦਾ ਨਹੀਂ, ਘਬਰਾਉਂਦਾ ਨਹੀਂ ਹੈ, ਅਡੋਲ ਅਵਸਥਾ ਨੂੰ ਕਿਉਂ ਪ੍ਰਾਪਤ ਕਰ ਗਿਆ ਕਿ ਮੇਰਾ ਮਨ ਰਾਮ ਦੇ ਨਾਮ ਵਿੱਚ ਜੁੜ ਗਿਆ। ਇਸ ਕਰਕੇ ਮੈਨੂੰ ਜਿੰਨੇ ਵੀ ਦੁੱਖ ਦਿੱਤੇ ਜਾ ਰਹੇ ਆ ਉਹਨਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ। ਮਹਾਂਪੁਰਖ ਅਮਰ ਸ਼ਹੀਦ ਧੰਨ ਭਾਈ ਤਾਰੂ ਸਿੰਘ ਜੀ ਦਾ ਜਦੋਂ ਖੋਪਰਾ ਜ਼ਾਲਮ ਲਾਉਣ ਲੱਗਾ ਤਾਂ ਉਹਨਾਂ ਨੂੰ ਜ਼ਾਲਮ ਇੱਕ ਸਵਾਲ ਕਰਦਾ, ਭਾਈ ਸਾਹਿਬ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਹੋ, ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦਾ? ਹਥੌੜੇ ਅਤੇ ਛੈਣੀ ਦੇ ਨਾਲ ਤੁਹਾਡਾ ਖੋਪਰਾ ਲਾਇਆ ਜਾ ਰਿਹਾ। ਭਾਈ ਸਾਹਿਬ ਮੁਸਕਰਾਏ, ਬੜੇ ਬਾ ਕਮਾਲ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਬਚਨ ਕੀਤੇ, ਕਹਿਣ ਲੱਗੇ ਜ਼ਾਲਮੋ ਸਾਹਮਣੇ ਤੈਨੂੰ ਮਕਾਨ ਵਿਖਦਾ? ਕਹਿਣ ਲੱਗਾ ਹਾਂਜੀ ਦਿਖਾਈ ਦੇ ਰਿਹਾ। ਕਹਿੰਦੇ ਉਸ ਮਕਾਨ ਨੂੰ ਜਿੰਨੇ ਮਰਜ਼ੀ ਕੋਈ ਰੋੜੇ ਇੱਟਾਂ ਮਾਰੀ ਜਾਏ, ਜਿੰਨੀਆਂ ਮਰਜ਼ੀ ਡਾਂਗਾਂ ਨਾਲ ਕੁੱਟੀ ਜਾਏ, ਮਕਾਨ ਉੱਤੇ ਜਿੰਨਾ ਮਰਜ਼ੀ ਕੋਈ ਹਮਲਾਵਰ ਬਣ ਕੇ ਹਮਲਾ ਕਰੇ, ਅੰਦਰ ਬੈਠੇ ਮਨੁੱਖ ਨੂੰ ਕੋਈ ਉਸ ਹਮਲੇ ਦੀ ਦੁੱਖ ਤਕਲੀਫ ਹੁੰਦੀ ਹੈ? ਕਹਿਣ ਲੱਗਾ ਨਹੀਂ, ਅੰਦਰ ਤਾਂ ਉਹ ਸੁਰੱਖਿਅਤ ਬੈਠਾ। ਕਹਿੰਦੇ ਬਸ ਇਹ ਸੌਖਾ ਜਿਹਾ ਦ੍ਰਿਸ਼ਟਾਂਤ ਹੈ, ਸਾਡਾ ਸਰੀਰ ਹੈ ਮਕਾਨ, ਇਹ ਸਰੀਰ ਰੂਪ ਮਕਾਨ ਨੂੰ ਤੂੰ ਜਿੰਨੇ ਮਰਜ਼ੀ ਤਸੀਹੇ ਦੇਈ ਜਾ, ਸਾਡੇ ਉੱਤੇ ਇਸ ਦਾ ਕੋਈ ਅਸਰ ਨਹੀਂ। ਸਾਡਾ ਮਨ ਸੁਰੱਖਿਅਤ ਹੈ, ਸਾਡਾ ਮਨ ਬਾਣੀ ਵਿੱਚ ਨਾਮ ਵਿੱਚ ਅਡੋਲ ਜੁੜਿਆ ਹੋਇਆ, ਇਸ ਕਰਕੇ ਮਕਾਨੀ ਨੂੰ ਕੋਈ ਦੁੱਖ ਤਕਲੀਫ ਨਹੀਂ। ਜਿਹੜਾ ਵਿੱਚ ਰਹਿਣ ਵਾਲਾ ਮਕਾਨ ਨੂੰ ਜਿੰਨਾ ਦੁੱਖ ਦੇਈ ਜਾਣਾ ਦੇਈ ਜਾ, ਮਕਾਨ ਤਾਂ ਨਹੀਂ ਸਾਡਾ ਸਰੀਰ, ਸਾਡਾ ਆਪਾ, ਸਾਡਾ ਇਹ ਜੋ ਅਸਲੀ ਸਰੂਪ ਹੈ ਉਹ ਮਕਾਨ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ,
ਕਬੀਰ ਸਾਹਿਬ ਵੀ ਕਹਿੰਦੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਰਾਮ ਨਾਮ ਚਿਤ ਰਹਿਓ ਸਮਾਏ। ਮਨ ਹੁਣ ਡੋਲਦਾ ਨਹੀਂ, ਡਿੱਗਦਾ ਨਹੀਂ, ਘਬਰਾਉਂਦਾ ਨਹੀਂ, ਕਿਉਂਕਿ ਨਾਮ ਵਿੱਚ ਜੁੜ ਚੁੱਕਾ। ਅਤੇ ਤਨ ਦੇ ਦਿੱਤੇ ਤਸੀਹੇ ਮੈਨੂੰ ਨਹੀਂ ਡਰਾ ਸਕਦੇ, ਨਹੀਂ ਡੁਲਾ ਸਕਦੇ ਆਪਣੇ ਅਕੀਦੇ ਤੋਂ, ਵਿਸ਼ਵਾਸ ਤੋਂ। ਉਹਨਾਂ ਗੁਰਸਿੱਖਾਂ ਨੇ ਆਪਣਾ ਮਨ ਮਜ਼ਬੂਤ ਕੀਤਾ। ਭਾਈ ਮਤੀ ਦਾਸ ਜੀ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ, ਜ਼ਾਲਮ ਨੂੰ ਕਹਿਣ ਲੱਗੇ ਤੇਰਾ ਆਰਾ ਤਿੱਖਾ ਨਹੀਂ ਜਾਪਦਾ ਦੇਖਣ ਨੂੰ, ਇਸ ਦੇ ਦੰਦੇ ਖੁੰਡੇ ਹੈ, ਰੇਤੀ ਦੇ ਨਾਲ ਤਿੱਖੇ ਕਰ ਲੈ ਅਤੇ ਅਸੀਂ ਆਪਣੇ ਮਨ ਨੂੰ ਵੀ ਸਾਣ ਲਾ ਲਈਏ। ਜ਼ਾਲਮ ਪੁੱਛਦਾ ਮਨ ਨੂੰ ਕਿਵੇਂ ਤਿੱਖਾ ਕਰੋਗੇ, ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਮਨ ਨੂੰ ਵੀ ਤਿਆਰ ਕਰ ਲੈਣਾ। ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ, ਜ਼ਾਲਮ ਨੇ ਉੱਤੇ ਆਰਾ ਫੇਰਨਾ ਸ਼ੁਰੂ ਕਰ ਦਿੱਤਾ। ਇਹ ਗੁਰਸਿੱਖਾਂ ਦੀ ਅਡੋਲ ਅਵਸਥਾ ਹੈ। ਧੰਨ ਬਾਬਾ ਬਘੇਲ ਸਿੰਘ ਜੀ, ਧੰਨ ਬਾਬਾ ਅਮਰ ਸਿੰਘ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਮਨ ਨੂੰ ਬਾਣੀ ਵਿੱਚ, ਨਾਮ ਵਿੱਚ, ਸਿਮਰਨ ਵਿੱਚ ਜੋੜ ਕੇ ਇਤਨਾ ਬਲਵਾਨ ਕਰ ਲਿਆ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਤਨਾ ਬਲਵਾਨ ਕਰ ਲਿਆ, ਜ਼ਾਲਮਾਂ ਦੀ ਫੌਜ ਚੜ ਕੇ ਆਈ ਅੱਜ ਦੇ ਦਿਨ, ਅਤੇ ਇਕੱਲੇ ਹੀ ਮੈਦਾਨੇ ਜੰਗ ਵਿੱਚ ਜੂਝਣ ਲੱਗ ਪਏ। ਇਕੱਲਿਆਂ ਨੇ ਉਹ ਮਹਾਨ ਕ੍ਰਿਸ਼ਮਾ ਕਰ ਵਿਖਾਇਆ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬੋਲ ਸਨ, ਸਵਾ ਲੱਖ ਸੇਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਕਿ ਐਸਾ ਸਿੱਖ ਦੁਨੀਆ ਵਿੱਚ ਪੈਦਾ ਕਰਾਂਗਾ ਜਿਹੜਾ ਸਵਾ ਸਵਾ ਲੱਖ ਨਾਲ ਇਕੱਲਾ ਹੀ ਲੜ ਜਾਏਗਾ। ਇਹੋ ਜਿਹੇ ਸਿੱਖਾਂ ਵਿੱਚੋਂ ਸਨ ਧੰਨ ਭਾਈ ਤਾਰਾ ਸਿੰਘ ਜੀ ਵਾਂ, ਧੰਨ ਬਾਬਾ ਬਘੇਲ ਸਿੰਘ ਜੀ, ਧੰਨ ਬਾਬਾ ਅਮਰ ਸਿੰਘ ਸਾਹਿਬ ਜੀ। ਸਾਧ ਸੰਗਤ ਜੀ, ਦੂਰ ਦਾ ਪਿਛੋਕੜ ਦਾ ਇਤਿਹਾਸ ਛੱਡੋ, ਜਿੰਨਾ ਹੀ ਉੱਧਰ ਤੁਹਾਡਾ ਧਿਆਨ ਜਾਂਦਾ, ਵਰਤਮਾਨ ਸਮੇਂ ਵਿੱਚ ਦੇਖ ਲਓ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਕੱਲੇ ਮਰਦ ਸੂਰਮੇ ਯੋਧੇ ਬਹਾਦਰ ਮਹਾਂਪੁਰਖ ਸਨ, ਜਿਹੜੇ ਲੱਖਾਂ ਦੀ ਫੌਜ ਨਾਲ ਸਮੇਂ ਦੀ ਹਕੂਮਤ ਨਾਲ ਟਕਰਾਏ ਨਹੀਂ, ਇਕੱਲਿਆਂ ਨੇ ਯੁੱਧ ਨਹੀਂ ਲੜਿਆ। ਦਰਬਾਰ ਸਾਹਿਬ 1984 ਵਿੱਚ ਸਾਡਾ ਪ੍ਰਾਚੀਨ ਇਤਿਹਾਸ ਇਸ ਧਰਤੀ 'ਤੇ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਦੁਹਰਾ ਕੇ ਰੱਖ ਦਿੱਤਾ। ਸੋ ਇਉਂ ਇਹ ਗੁਰਸਿੱਖ ਸਾਧ ਸੰਗਤ ਜੀ ਕਰਮਾਂ ਦੇ ਬਲੀ ਸਨ। ਗੁਰਸਿੱਖ ਦਾ ਕਰਮ ਕੀ? ਅੰਮ੍ਰਿਤ ਵੇਲੇ ਉੱਠਣਾ, ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰਨਾ, ਸਿਮਰਨ ਕਰਨਾ, ਬਾਣੀ ਪੜ੍ਹਨੀ ਔਰ ਬੰਦਗੀ ਕਰਨੀ, ਅਤੇ ਧਰਮ ਦੀ ਰੱਖਿਆ ਲਈ ਜਦੋਂ ਜ਼ਾਲਮ ਜਰਵਾਣਿਆਂ ਨੇ ਸਿੱਖਾਂ ਦੀ ਇੱਜ਼ਤ ਆਬਰੋ 'ਤੇ ਵਾਰ ਕੀਤੇ, ਉਦੋਂ ਮੈਦਾਨੇ ਜੰਗ ਵਿੱਚ ਲੱਕ ਬੰਨ੍ਹ ਕੇ ਕਮਰ ਕਸਾ ਕਰਕੇ ਡਟ ਪਏ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ। ਕੋਈ ਇਹ ਨਹੀਂ ਵੇਖਿਆ ਮੇਰੇ ਨਾਲ ਕੋਈ 200-400 ਸਿੰਘ ਜਾਂ 10-20 ਸਿੰਘ ਵੀ ਹਨ, ਇਕੱਲੇ ਇਕੱਲੇ ਹੀ। ਧੰਨ ਬਾਬਾ ਬਘੇਲ ਸਿੰਘ ਜੀ, ਬਾਬਾ ਅਮਰ ਸਿੰਘ ਜੀ ਨੇ ਇਕੱਲਿਆਂ ਨੇ ਮੈਦਾਨੇ ਜੰਗ ਵਿੱਚ ਜੂਝ ਕੇ ਮਹਾਨ ਸ਼ਹਾਦਤਾਂ ਦਿੱਤੀਆਂ। ਭਾਈ ਤਾਰਾ ਸਿੰਘ ਜੀ ਵਾਂ ਨੇ ਹਜ਼ਾਰਾਂ ਦੀ ਗਿਣਤੀ ਦੀ ਫੌਜ ਦਾ ਇਕੱਲਿਆਂ ਨੇ ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ ਮੁਕਾਬਲਾ ਕੀਤਾ। ਸੋ ਖਾਲਸਾ ਜੀ, ਐਸੇ ਮਹਾਨ ਸ਼ੂਰਬੀਰ ਯੋਧੇ ਇਸ ਕਰਕੇ ਅਸਲੀ ਛੱਤਰੀ ਹਨ। ਖੱਤਰੀ ਸੋ ਜੋ ਕਰਮਾਂ ਕਾ ਸੋ, ਪੁੰਨ ਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਵੀ ਧਰਮ ਉੱਤੋਂ ਦੀ ਦਾਨ ਕਰ ਦਿੰਦਾ। ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਆਪਣਾ ਸਰੀਰ ਨਹੀਂ ਦਾਨ ਕੀਤਾ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਨੇ ਦਾਨ ਨਹੀਂ ਕੀਤਾ, ਧਰਮ ਦੀ ਖਾਤਰ ਆਪਣੇ ਸਰੀਰ ਦੀ ਭੇਟਾ ਦੇ ਦਿੱਤੀ।
ਧਰਮ ਦੀ ਖਾਤਰ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਦੀ ਭੇਟਾ ਦੇ ਦਿੱਤੀ। ਕਹਿੰਦੇ ਅਸਲੀ ਉਹ ਛਤਰੀ, ਅਸਲ ਉਹ ਸੂਰਮਾ ਹੈ। ਔਰ ਇਸ ਤੋਂ ਅੱਗੇ ਸ਼ੂਦਰ ਜਦੋਂ ਸਿੱਖ ਸੰਗਤਾਂ ਦੀ ਸੇਵਾ ਕਰਦਾ, ਜੋੜੇ ਝਾੜਦਾ, ਲੰਗਰ ਵਰਤਾਉਂਦਾ, ਬਰਤਨ ਮਾਂਜਦਾ, ਉਦੋਂ ਸਿੱਖ ਵਿੱਚ ਤੀਸਰਾ ਗੁਣ ਹੈ। ਔਰ ਜਦੋਂ ਸਿੱਖ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਕੇ ਦਸਵੰਧ ਦੰਦਾ ਵੰਡ ਕੇ ਛਕਦਾ, ਉਦੋਂ ਸਿੱਖ ਵੈਸ ਹੈ। ਆਪਣੇ ਖਾਲਸੇ ਨੂੰ ਮੇਰੇ ਸਤਿਗੁਰੂ ਨੇ ਚਾਰੇ ਗੁਣਾਂ ਨਾਲ ਭਰਪੂਰ ਕਰਕੇ ਸੰਪੂਰਨਤਾ ਦਿੱਤੀ ਹੈ। ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ। ਖਾਲਸਾ ਜੀ ਐਸੇ ਮਹਾਂਪੁਰਖਾਂ ਦੀ, ਸ਼ੂਰਬੀਰ ਯੋਧਿਆਂ ਦੀ, ਸੱਤ ਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ ਯਾਦ ਵਿੱਚ ਬੈਠੇ ਹੋ। ਧੰਨ ਬਾਬਾ ਬਘੇਲ ਸਿੰਘ ਜੀ, ਧੰਨ ਬਾਬਾ ਅਮਰ ਸਿੰਘ ਜੀ, ਕਿਸੇ ਸੰਤ ਤੋਂ ਘੱਟ ਅਵਸਥਾ ਨਹੀਂ ਸੀ, ਕਿਸੇ ਬ੍ਰਹਮ ਗਿਆਨੀ ਤੋਂ ਘੱਟ ਉਹਨਾਂ ਦੀ ਅਵਸਥਾ ਨਹੀਂ ਸੀ, ਕਿਸੇ ਸਾਧੂ ਤੋਂ ਘੱਟ ਉਹ ਮਹਾਂਪੁਰਖ ਨਹੀਂ ਸਨ, ਬਲਕਿ ਉਹ ਤਾਂ ਵੱਡੇ ਵੱਡੇ ਗੁਰਸਿੱਖਾਂ ਨੂੰ ਸੰਤ ਬਣਾਉਣ ਵਾਲੇ ਹੈ। ਵੱਡੇ ਵੱਡੇ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਬਖਸ਼ਣ ਵਾਲੀਆਂ ਇਹ ਆਤਮਾਵਾਂ ਹਨ। ਅੱਜ ਵੀ ਉਹਨਾਂ ਦੇ ਜਨਮ ਅਸਥਾਨ 'ਤੇ ਦੁਨੀਆ ਇੱਥੇ ਆ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਨਤਮਸਤਕ ਹੁੰਦੀ ਹੈ। ਜੋ ਵੀ ਕੋਈ ਇੱਥੋਂ ਦਾਤ ਮੰਗਦਾ, ਸ਼ਹੀਦਾਂ ਦੇ ਦਰ ਤੋਂ ਦਾਤ ਪ੍ਰਾਪਤ ਹੁੰਦੀ ਹੈ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂ। ਦਸਮ ਪਿਤਾ ਜੀ ਨੇ ਸ਼ਹੀਦਾਂ ਬਾਬਤ ਬਾ ਕਮਾਲ ਬਚਨ ਕੀਤੇ ਹੈ। ਸ੍ਰੀ ਅਨੰਦਪੁਰ ਸਾਹਿਬ, ਧਿਆਨ ਦੇਣਾ ਸੰਗਤ ਜੀ, ਦਸਮ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਸ਼ਹੀਦਾਂ ਦਾ ਕੀ ਰੁਤਬਾ ਹੈ? ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜਿਹੜੇ ਸ਼ਹੀਦ ਹੁੰਦੇ ਆ ਨਾ, ਉਹ ਦੇਵਤਿਆਂ ਨਾਲੋਂ ਵੀ ਉੱਚਾ ਉਹਨਾਂ ਦਾ ਰੁਤਬਾ। ਦੇਵਤਿਆਂ ਨੂੰ ਮੰਨਣ ਵਾਲੇ ਜਿਹੜੇ ਲੋਕ ਹੁੰਦੇ ਆ, ਦੇਵਤਿਆਂ ਕੋਲੋਂ ਦੁਨੀਆਂ ਦੀਆਂ ਕਾਮਨਾਵਾਂ ਲੈ ਕੇ ਸੁੱਖ ਪ੍ਰਾਪਤ ਕਰਦੇ ਆ। ਮਹਾਰਾਜ ਕਹਿੰਦੇ, ਜਿਹੜਾ ਸ਼ਹੀਦਾਂ ਦੇ ਦਰ 'ਤੇ ਕੋਈ ਅਰਦਾਸ ਕਰਦਾ, ਸ਼ਹੀਦਾਂ ਨੂੰ ਆ ਕੇ ਕੋਈ ਕੜਾਹ ਪ੍ਰਸ਼ਾਦ ਚੜ੍ਹਾਉਂਦਾ, ਸ਼ਹੀਦਾਂ ਦੇ ਦਰ 'ਤੇ ਵਸਤਰ ਚੜ੍ਹਾਉਂਦਾ, ਸ਼ਹੀਦਾਂ ਦੇ ਦਰ 'ਤੇ ਆ ਕੇ ਤਨ ਸਰੀਰ ਨਾਲ ਜੋ ਹੱਥੀਂ ਸੇਵਾ ਕਰਦਾ, ਔਰ ਸ਼ਹੀਦਾਂ ਦੇ ਦਰ 'ਤੇ ਆ ਕੇ ਜੋ ਵੀ ਕੋਈ ਸੇਵਾ ਕਰਦਾ, ਜੋ ਵੀ ਦਾਤ ਮੰਗਦਾ, ਅਜੇ ਦੇਵਤੇ ਤਾਂ ਦੇਰੀ ਕਰਨਗੇ ਕੋਈ ਦਾਤ ਦੇਣ ਵਿੱਚ, ਪਰ ਸ਼ਹੀਦ ਤਾਂ ਸੱਜੇ ਹੱਥ ਨਾਲ ਉਸੇ ਵਕਤ ਖੱਬੇ ਹੱਥ ਦੇ ਵਿੱਚ ਦਾਤਾਂ ਦਾ ਖਜ਼ਾਨਾ ਰੱਖ ਦਿੰਦੇ ਆ। ਸ਼ਹੀਦ ਇੰਨੇ ਸਰਵ ਸ਼ਕਤੀਮਾਨ ਮੰਨੇ ਆ ਇਸ ਬ੍ਰਹਿਮੰਡ ਵਿੱਚ। ਜੇ ਖਾਲਸਾ ਦੀ ਇਹ ਸਿੱਖ ਕੌਮ ਅੱਜ ਮੁੱਠੀ ਭਰ ਕੌਮ ਦੁਨੀਆਂ ਦੇ ਉੱਤੇ ਰਾਜ ਕਰ ਰਹੀ ਹੈ ਨਾ, ਇਹ ਸ਼ਹੀਦਾਂ ਦੀ ਸ਼ਕਤੀ ਹੈ, ਸ਼ਹੀਦਾਂ ਦੀ ਬਰਕਤ ਹੈ, ਸ਼ਹੀਦਾਂ ਦੀ ਕਿਰਪਾ ਹੈ ਸਾਡੇ ਉੱਤੇ, ਤਾਂ ਹੀ ਅਸੀਂ ਬਚੇ ਫਿਰਦੇ ਹਾਂ। ਸੋ ਸ਼ਹੀਦਾਂ ਨੂੰ ਮੰਨਣ ਵਾਲਿਆਂ ਨੂੰ ਸਾਰੀਆਂ ਬਰਕਤਾਂ, ਸਾਰੇ ਸੁੱਖ ਲੋਕ ਪ੍ਰਲੋਕ ਦੇ ਪ੍ਰਾਪਤ ਹੁੰਦੇ ਹਨ। ਸੋ ਐਸੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜਿਓ। ਮੇਰੀ ਸਮਾਪਤੀ 'ਤੇ ਇੱਕੋ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਆਇਓ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਭਾਈ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ, ਔਰ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਮੈਂ ਸਮਾਪਤੀ 'ਤੇ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ, ਸਾਰੇ ਪ੍ਰਬੰਧਕ ਸਿੰਘਾਂ ਦਾ ਧੰਨਵਾਦ ਕਰਦਾ, ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ, ਸਰਦਾਰ ਚੰਨਣ ਸਿੰਘ ਜੀ, ਭਾਈ ਰੇਸ਼ਮ ਸਿੰਘ ਜੀ, ਇਹਨਾਂ ਸਾਰੇ ਸਿੰਘਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਇੱਥੋਂ ਦੀ ਸੰਗਤ
ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਜਦੋਂ ਮਹਾਂਪੁਰਖ ਕਰਾਉਂਦੇ ਰਹੇ ਉਦੋਂ ਵੀ ਵੱਧ ਚੜ੍ਹ ਕੇ ਸੇਵਾ ਕਰਦੀ ਰਹੀ। ਮਹਾਂਪੁਰਖਾਂ ਦੇ ਸ਼ਹੀਦੀ ਗਾਰ ਅਸਥਾਨ 'ਤੇ ਔਰ ਇਸੇ ਤਰ੍ਹਾਂ ਸ਼ਹੀਦੀ ਯਾਦਗਾਰ ਅਸਥਾਨ 'ਤੇ ਗੁਰਦੁਆਰਾ ਥੜਾ ਸਾਹਿਬ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਕੂਲ ਹੋਸਪਿਟਲ ਬਣਦੇ ਸਨ ਤਾਂ ਇਸ ਨਗਰ ਦੀਆਂ ਸੰਗਤਾਂ ਗੱਡੀਆਂ ਭਰ ਭਰ ਕੇ ਆਪਣੇ ਸੀਸ ਉੱਤੇ ਉੱਥੇ ਟੋਕਰੀਆਂ ਢੋਣ ਜਾਂਦੀਆਂ ਰਹੀਆਂ। ਬਹੁਤ ਲੰਮੇ ਸਮੇਂ ਤੋਂ ਇਸ ਨਗਰ ਦੀ ਸੰਗਤ ਦਾ ਦਮਦਮੀ ਟਕਸਾਲ ਨਾਲ ਪ੍ਰੇਮ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਕੋਲ ਵੀ ਇਹ ਸਾਰੇ ਸਿੰਘ ਦਰਸ਼ਨ ਕਰਨ ਜਾਂਦੇ ਰਹੇ। ਸੋ ਉਸੇ ਪ੍ਰੇਮ ਨੂੰ ਮੁੱਖ ਰੱਖਦਿਆਂ ਦਾਸ ਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਸਾਰੇ ਇਹਨਾਂ ਮੋਹਤਬਰ ਸਿੰਘਾਂ ਨੇ ਸੁਭਾਗ ਬਖਸ਼ਿਆ। ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ, ਜਥੇਦਾਰ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ, ਉਹਨਾਂ ਦੇ ਸਪੁੱਤਰ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਭੂਰੀ ਵਾਲੇ, ਮਹਾਂਪੁਰਖ ਸੰਤ ਬਾਬਾ ਗੁਰਨਾਮ ਸਿੰਘ ਜੀ ਸੰਗਤ ਵਿੱਚ ਬੈਠੇ ਹੈ, ਔਰ ਸਰਦਾਰ ਹਰਮੀਤ ਸਿੰਘ ਜੀ ਜੋ ਹਲਕਾ ਸ੍ਰੀ ਤਰਨ ਤਾਰਨ ਸਾਹਿਬ ਤੋਂ ਇਸ ਇਲਾਕੇ ਦੇ ਮੋਹਤਬਰ ਆਗੂ ਹਨ, ਉਹ ਵੀ ਪਹੁੰਚੇ ਹੈ। ਸੋ ਸਭ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਰਾਗੀ ਢਾਡੀ ਜਥਿਆਂ ਦਾ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।